ਸ਼ਾਰਟ ਨੋਟਸ 'ਤੇ ਤੁਸੀਂ ਅੱਜ ਦੀ ਇਸ ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ। ਮੇਰੇ ਨਾਲ ਮੇਰੇ ਕੈਬਨਿਟ ਕਲੀਗ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਅਨਮੋਲ ਗਗਨ ਮਾਨ ਜੀ, ਅੱਜ ਇੱਕ ਬੜੇ ਇੰਪੋਰਟੈਂਟ ਟੌਪਿਕ ਦੇ ਉੱਤੇ ਤੁਹਾਨੂੰ ਆਮ ਆਦਮੀ ਪਾਰਟੀ ਦਾ ਪੱਖ ਦੱਸਣ ਦੇ ਲਈ ਸੱਦਿਆ ਗਿਆ। ਦੇਸ਼ ਦੇ ਅੰਦਰ 2024 ਦੀਆਂ ਇਲੈਕਸ਼ਨਸ, 2024 ਦੀਆਂ ਪਾਰਲੀਮੈਂਟ ਇਲੈਕਸ਼ਨ, ਜਿਹਦੇ ਵਿੱਚ ਲੋਕਾਂ ਨੇ ਅਗਲੇ 5 ਸਾਲ ਦੇ ਲਈ ਦੇਸ਼ ਦੇ ਨੁਮਾਇੰਦੇ ਚੁਣਨੇ ਨੇਗੇ। ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੇ ਆਪਣੇ ਨੁਮਾਇੰਦੇ ਚੁਣਨੇ ਨੇਗੇ। ਵੱਖ ਵੱਖ ਪਾਰਟੀਆਂ, ਸਾਰੀਆਂ ਸਿਆਸੀ ਧਿਰਾਂ ਆਪਣਾ ਆਪਣਾ ਚੋਣ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਜਾ ਰਹੀਆਂ ਨੇਗੀਆਂ ਕਿ ਆਉਣ ਵਾਲੇ 5 ਸਾਲ ਦੇ ਵਿੱਚ ਅਸੀਂ ਦੇਸ਼ ਨੂੰ ਕਿਸ ਸਾਈਡ ਲੈ ਕੇ ਜਾਣਾ ਗਾ। ਇਸ ਦੇ ਉੱਤੇ ਸਾਰੀਆਂ ਸਿਆਸੀ ਧਿਰਾਂ ਦੇਸ਼ ਦੇ ਅੰਦਰ, ਕਿਉਂਕਿ ਬਹੁਤ ਸਾਰੀਆਂ ਰਾਜਸੀ ਪਾਰਟੀਆਂ ਨੇਗੀਆਂ, ਸਟੇਟਾਂ ਦੀਆਂ ਪਾਰਟੀਆਂ ਨੇਗੀਆਂ, ਨੈਸ਼ਨਲ ਪਾਰਟੀਆਂ ਨੇਗੀਆਂ, ਸਾਰੇ ਆਪਣੀਆਂ ਏਜੰਡਾ ਲੈ ਕੇ ਜਾ ਰਹੇ ਨੇਗੇ। ਪਿਛਲੇ ਲਗਭਗ 10 ਸਾਲ ਤੋਂ 10-10ਵਾਂ ਸਾਲ ਚੱਲ ਰਿਹਾ ਗਾ, 10 ਸਾਲ ਤੋਂ ਦੇਸ਼ ਦੇ ਉੱਤੇ ਕੇਂਦਰ ਸਰਕਾਰ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇਗੇ ਔਰ 10 ਸਾਲ ਕੰਪਲੀਟ ਕਰਨ ਜਾ ਰਹੇ ਨੇ। ਉਹ 10 ਸਾਲ ਤੋਂ ਲਗਾਤਾਰ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਇਹਨਾਂ 10 ਸਾਲਾਂ ਦੇ ਅੰਦਰ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਕੀ ਤਰੱਕੀ ਹੋਈ, ਉਹ ਇਸ ਗੱਲ ਨੂੰ ਲੈ ਕੇ ਜਾ ਰਹੇ ਨੇ ਕਿ ਅਸੀਂ ਇਸ ਗੱਲ ਦੇ ਉੱਤੇ ਇਲੈਕਸ਼ਨ ਲੜ ਰਹੇ ਨੇ। ਦੇਸ਼ ਜਾਣਦਾ ਗਾ, ਦੇਸ਼ ਦੇ ਨਾਗਰਿਕ ਜਾਣਦੇ ਨੇਗੇ ਕਿ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਇਆ ਗਾ। 10 ਸਾਲਾਂ ਦੇ ਅੰਦਰ ਮਹਿੰਗਾਈ ਸਿਖਰਾਂ 'ਤੇ ਗਈ ਆ, 10 ਸਾਲਾਂ ਦੇ ਅੰਦਰ ਬੇਰੁਜ਼ਗਾਰੀ ਸਿਖਰਾਂ 'ਤੇ ਗਈ ਆ। ਜਿਹੜੇ ਵਾਅਦੇ ਕਰਕੇ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਆਈ ਸੀ ਕਿ ਅਸੀਂ 2 ਕਰੋੜ ਨੌਕਰੀਆਂ ਦੇਵਾਂਗੇ, ਉਹ ਵਾਅਦਾ ਭਾਰਤੀ ਜਨਤਾ ਪਾਰਟੀ ਦਾ ਬੁਰੀ ਤਰ੍ਹਾਂ ਫੇਲ ਹੋ ਗਿਆ। ਜੋ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ, ਉਹ ਵਾਅਦਾ ਭਾਰਤੀ ਜਨਤਾ ਪਾਰਟੀ ਦਾ ਬੁਰੀ ਤਰ੍ਹਾਂ ਫੇਲ ਹੋ ਗਿਆ। ਜੋ ਵਾਅਦਾ ਕਰਕੇ ਆਈ ਸੀ ਕਿ ਦੇਸ਼ ਦੇ ਅੰਦਰ ਅਸੀਂ ਵੱਡਾ ਇਨਫਰਾਸਟਰਕਚਰ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਫੇਲ ਹੋ ਗਈ। ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ, ਨਰਿੰਦਰ ਮੋਦੀ ਜੀ ਸੱਤਾ ਵਿੱਚ ਆਏ ਸੀਗੇ, ਉਹ ਸਾਰੇ ਮਾਮਲਿਆਂ 'ਤੇ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਫੇਲ ਹੋ ਗਈ। ਔਰ ਅੱਜ ਦੇਸ਼ ਦੇ ਅੰਦਰ, ਦੇਸ਼ ਦੇ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਹੁਤ ਵੱਡਾ ਗੁੱਸਾ ਗਾ। ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਲਈ ਦੇਸ਼ ਦੇ ਲੋਕ ਇਕਜੁੱਟ ਹੋ ਰਹੇ ਨੇਗੇ। ਔਰ ਦੂਜੇ ਪਾਸੇ ਦੇਸ਼ ਦੀਆਂ ਤਮਾਮ ਸਿਆਸੀ ਪਾਰਟੀਆਂ ਨੇ ਇੱਕ ਇੰਡੀਆ ਅਲਾਇੰਸ ਗਠਜੋੜ ਦਾ ਗਠਨ ਕੀਤਾ ਗਾ। ਪਿਛਲੇ ਲੰਬੇ ਸਮੇਂ ਤੋਂ ਕਾਫੀ ਸਾਰੀ ਕਵਾਈ ਚੱਲ ਰਹੀ ਸੀ, ਬਹੁਤ ਸਾਰੀਆਂ ਮੀਟਿੰਗਾਂ, ਬਹੁਤ ਸਾਰੇ ਲੀਡਰ ਸਾਹਿਬਾਨ ਦੀ ਆਪਸ ਵਿੱਚ ਹੋਈਆਂ ਔਰ ਇੰਡੀਆ ਅਲਾਇੰਸ ਦਾ ਗਠਨ ਹੋਇਆ। ਦੇਸ਼ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਦੀ ਚੁਣੌਤੀ ਦੇਣ ਦੇ ਲਈ, ਉਹਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਨ ਦੇ ਲਈ, ਦੇਸ਼ ਨੂੰ ਬਰਬਾਦ ਕਰਨ ਦਾ ਜੋ ਬੀੜਾ ਭਾਰਤੀ ਜਨਤਾ ਪਾਰਟੀ ਨੇ ਚੱਕਿਆ ਗਾ, ਉਹਨੂੰ ਲੋਕਾਂ ਦੇ ਸਾਹਮਣੇ ਦਿਖਾਉਣ ਦੇ ਲਈ ਸਿਆਸੀ ਪਾਰਟੀਆਂ ਨੇ ਸਾਰੀਆਂ ਨੇ ਇੰਡੀਆ ਅਲਾਇੰਸ ਦਾ ਗਠਨ ਕੀਤਾ। ਉਸ ਇੰਡੀਆ ਅਲਾਇੰਸ ਦੇ ਵਿੱਚ ਆਮ ਆਦਮੀ ਪਾਰਟੀ ਹਿੱਸਾ। ਆਮ ਆਦਮੀ ਪਾਰਟੀ, ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਸਮੁੱਚੀ ਪਾਰਟੀ ਦਾ ਇੱਕ ਇੱਕ ਵਲੰਟੀਅਰ
ਉਸ ਇੰਡੀਆ ਅਲਾਇੰਸ ਦਾ ਹਿੱਸਾ ਗਾ, ਇਹ ਪੂਰਾ ਜੱਗ ਜਾਣਦਾ ਗਾ। ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਇੰਡੀਆ ਅਲਾਇੰਸ ਦੀਆਂ ਬਹੁਤ ਸਾਰੀਆਂ ਮੀਟੀਆਂ ਲਗਾਤਾਰ ਦੇ ਜਾਰੀ ਸੀਗੀਆਂ ਕਿ ਕਿਹੜੇ ਸੂਬੇ ਦੇ ਅੰਦਰ ਅਸੀਂ ਆਪਸੀ ਸਹਿਮਤੀ 'ਤੇ ਇਲੈਕਸ਼ਨ ਲੜਨੀ ਆ, ਕਿਹੜੇ ਸੂਬਿਆਂ 'ਚ ਅਲੱਗ ਅਲੱਗ ਲੜਨੀ ਆ। ਇਹ ਪੂਰਾ ਇੱਕ ਮੈਪ, ਇੱਕ ਖਾਕਾ ਤਿਆਰ ਹੋ ਰਿਹਾ ਸੀਗਾ। ਔਰ ਇਸੇ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ, ਮੋਦੀ ਸਾਹਿਬ ਵੱਲੋਂ, ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਵੱਲੋਂ ਇੱਕ ਝੂਠੇ ਮਨਘੜਤ, ਇੱਕ ਫਰਜ਼ੀ, ਇੱਕ ਜਾਲੀ ਫਰਜ਼ੀ ਕੇਸ, ਜਿਹਨੂੰ ਦਿੱਲੀ ਦਾ ਸ਼ਰਾਬ ਘੁਟਾਲਾ ਕਹਿੰਦੇ ਨੇ, ਉਸ ਕੇਸ ਦੇ ਵਿੱਚ ਪਹਿਲਾਂ ਵੀ ਸਾਡੇ ਕਾਫੀ ਨੈਸ਼ਨਲ ਲੀਡਰ ਜਿਹੜੇ ਨੇਗੇ ਉਹ ਜੇਲ੍ਹਾਂ 'ਚ ਝੂਠੇ ਪਰਚਿਆਂ ਦੇ ਅੰਦਰ ਕਰਕੇ ਜੇਲ੍ਹ 'ਚ ਬੰਦ ਕੀਤੇ ਹੋਏ ਨੇਗੇ। ਹੁਣ ਉਸ ਕੇਸ ਦੇ ਵਿੱਚ ਵਾਰ ਵਾਰ ਕਦੇ ED, ਕਦੇ CBI, ਵਾਰ ਵਾਰ ਸਾਡੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਨੋਟਿਸ ਭੇਜ ਰਹੀ ਆ। ਸੱਤ ਨੋਟਿਸ ਜਿਹੜੇ ਨੇਗੇ ਉਹ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਭੇਜੇ ਜਾ ਰਹੇ ਨੇ। ਕਿਉਂ ਭੇਜੇ ਜਾ ਰਹੇ ਨੇ? ਕਿ ਤੁਸੀਂ ਇੰਡੀਆ ਅਲਾਇੰਸ 'ਚ ਬਾਹਰ ਆਓ, ਤੁਸੀਂ ਇੰਡੀਆ ਅਲਾਇੰਸ ਦੇ ਨਾਲ ਗੱਠਜੋੜ ਨਾ ਕਰੋ, ਤੁਸੀਂ ਗੱਠਜੋੜ ਤੋੜ ਦਿਓ। ਕਿਉਂਕਿ ਪਿੱਛੇ ਜੇ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦਾ ਬਿਆਨ ਆਇਆ ਕਿ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਦਾ ਹਿੱਸਾ ਨਹੀਂ ਰਹੂਗੀ, ਉਹ ਬਿਆਨ ਦੇ ਪਿੱਛੇ ਮਨਸਾ ਕੀ ਸੀ? ਕਿ ਅਸੀਂ ਆਮ ਆਦਮੀ ਪਾਰਟੀ ਨੂੰ ਡਰਾ ਕੇ, ਧਮਕਾ ਕੇ, ਉਹਦੇ 'ਤੇ ਝੂਠੇ ਕੇਸ ਬਣਾ ਕੇ ਅਸੀਂ ਇੰਡੀਆ ਅਲਾਇੰਸ ਤੋਂ ਵੱਖ ਕਰਾਂਗੇ। ਪਰ ਲੇਕਿਨ ਆਮ ਆਦਮੀ ਪਾਰਟੀ ਆਦਰਸ਼ਵਾਦੀ ਪਾਰਟੀ ਆ, ਆਮ ਆਦਮੀ ਪਾਰਟੀ ਜਿਹੜੀ ਆ, ਸਾਡੇ ਕੌਮੀ ਕਨਵੀਨਰ ਜੀ ਅਰਵਿੰਦ ਕੇਜਰੀਵਾਲ ਜੀ ਹਮੇਸ਼ਾ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਲੈ ਕੇ ਚੱਲਦੇ ਨੇਗੇ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਲੈ ਕੇ ਚੱਲਦੇ ਨੇਗੇ, ਆਮ ਘਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਸੋਚ ਲੈ ਕੇ ਚੱਲਦੇ ਨੇਗੇ, ਆਮ ਘਰਾਂ ਦੇ ਲੋਕਾਂ ਦੀ ਜਿਹੜੀ ਆ ਚੰਗੀਆਂ ਸਿਹਤ ਸਹੂਲਤਾਂ ਦੀ ਗੱਲ ਲੈ ਕੇ ਚੱਲਦੇ ਨੇਗੇ। ਸੋ ਇਸੇ ਗੱਲ ਕਰਕੇ ਜਿਹੜੀ ਆ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਆ, ਔਰ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੇ ਕੌਮੀ ਕਨਵੀਨਰ ਨੂੰ ਜਿਹੜਾ ਉਹ ਜੇਲ੍ਹ ਦੇ ਅੰਦਰ ਸੁੱਟਣਾ ਚਾਹੁੰਦੀ ਆ, ਜੇਲ੍ਹ ਦੇ ਅੰਦਰ ਜਿਹੜਾ ਭੇਜਣਾ ਚਾਹੁੰਦੀ ਆ। ਤਾਂ ਹੀ ਝੂਠਾ ਫਰਜ਼ੀ ਕੇਸ ਜਿਹਦੇ ਵਿੱਚ ਲਗਭਗ 1000 ਤੋਂ ਉੱਪਰ ਰੇਡਸ ਹੋ ਗਈਆਂ, ਸਰਚ ਹੋ ਗਈਆਂ, ਪਰ ਇੱਕ ਪੈਨੀ, ਸਿੰਗਲ ਪੈਨੀ ਜਿਹੜੀ ਆ, 1 ਰੁਪਇਆ ਜਿਹੜਾ ਹੈਗਾ ਸਾਡੇ ਕਿਸੇ ਨੇਤਾ ਦੇ ਉੱਤੋਂ, ਕਿਸੇ ਦੇ ਘਰ ਦੇ ਉੱਤੋਂ, ਕਿਸੇ ਦੇ ਲੋਕਰ ਦੇ ਵਿੱਚੋਂ, ਕਿਸੇ ਦੇ ਬੈਂਕ ਅਕਾਊਂਟ ਦੇ ਵਿੱਚੋਂ 1 ਸਿੰਗਲ ਰੁਪਇਆ ਜਿਹੜਾ ਉਹ ਨਾ ED ਨੂੰ ਮਿਲਿਆ ਹੈਗਾ, ਨਾ CBI ਨੂੰ ਮਿਲਿਆ ਹੈਗਾ। ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਡਿਜ਼ਾਇਨ ਆ ਕਿ ਜਿਹੜੀਆਂ ਸਾਹਮਣੇ ਪਾਰਟੀਆਂ ਨੇਗੀਆਂ ਉਹਨਾਂ ਨੂੰ ਆਪਸ ਵਿੱਚ ਪਾੜ ਦਿਓ, ਉਹਨਾਂ ਨੂੰ ਡਰਾ ਕੇ ਜਿਹੜਾ ਖੰਡਾ ਦਿਓ ਤਾਂ ਕਿ ਸਿੰਗਲ ਜਿਹੜਾ ਇਲੈਕਸ਼ਨ ਜਿੱਤ ਜਾਣ। ਪਰ ਲੇਕਿਨ ਆਮ ਆਦਮੀ ਪਾਰਟੀ ਜਦੋਂ ਤੋਂ ਪਿੱਛੇ, ਪਹਿਲਾਂ ਇਹ ਸੀਗਾ ਕਿ ਆਮ ਆਦਮੀ ਪਾਰਟੀ ਇੰਡੀਆ ਅਲਾਇੰਸ 'ਚ ਨਹੀਂ ਹੋਊਗੀ, ਜਦੋਂ ਤੋਂ ਪਿਛਲੇ ਹਫ਼ਤੇ ਲਗਾਤਾਰ ਸਾਡੇ ਨੈਸ਼ਨਲ ਲੀਡਰ ਸਾਹਿਬਾਨ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਦੇ ਹੇਠ, ਚਾਹੇ ਸੰਦੀਪ ਪਾਠਕ ਜੀ, ਮੈਡਮ ਸਾਡੇ ਅਤਿਸ਼ੀ ਜੀ, ਸੌਰਭ ਭਾਰਦਵਾਜ ਜੀ, ਜਾਂ ਰਾਘਵ ਚੱਡਾ ਜੀ, ਜਰਨੈਲ ਸਿੰਘ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ, ਸਾਰੇ ਜਦੋਂ ਵੱਖ ਵੱਖ ਮੀਟਿੰਗਾਂ 'ਚ ਜਾ ਰਹੇ ਸੀਗੇ, ਤਾਂ ਉਦੋਂ ਇਹ ਤੈਅ ਹੋ ਗਿਆ ਕਿ ਬਹੁਤ ਸਾਰੇ ਸੂਬਿਆਂ ਦੇ ਅੰਦਰ ਇੰਡੀਆ ਅਲਾਇੰਸ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਲੈਕਸ਼ਨ ਲੜਨ ਜਾ ਰਹੀ ਹੈ। ਯਾਨੀ ਕਿ ਸੀਟ ਸ਼ੇਅਰਿੰਗ, ਜਦੋਂ ਗੱਲ ਸੀਟ ਸ਼ੇਅਰਿੰਗ 'ਤੇ ਪਹੁੰਚ ਗਈ ਤਾਂ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਘਬਰਾ ਗਈ, ਬੁਰੀ ਤਰ੍ਹਾਂ ਡਰ ਗਈ। ਉਹਨਾਂ ਨੂੰ ਹਾਰ ਜਿਹੜੀ ਆ, ਭਾਰਤੀ ਜਨਤਾ ਪਾਰਟੀ ਨੂੰ ਆਪਣੀ ਹਾਰ ਜਿਹੜੀ ਆ ਉਹ ਕੰਨ 'ਤੇ ਲਿਖੀ ਦਿਖਾਈ ਦੇਣ ਲੱਗ ਗਈ। ਉਹਨੂੰ ਪਤਾ ਲੱਗ ਗਿਆ ਕਿ ਹੁਣ ਜੁਮਲੇ ਜਿਹੜੇ ਹੈਗੇ ਨੇ
ਹੋਰ ਲੰਬਾ ਸਮਾਂ ਨਹੀਂ ਚੱਲਣੇ। ਇਸ ਗੱਲ ਕਰਕੇ ਉਹ ਸਾਨੂੰ ਬਿਲਕੁਲ ਅਰਵਿੰਦ ਕੇਜਰੀਵਾਲ ਜੀ ਨੂੰ ਝੂਠੇ ਫਰਜ਼ੀ ਕੇਸ 'ਚ ਫਸਾਉਣ ਦਾ ਯਤਨ ਕੀਤਾ ਜਾ ਰਿਹਾ। ਬਿਲਕੁਲ ਮੈਨੂੰ ਲੱਗਦਾ ਗਾ ਕਿ ਆਉਣ ਵਾਲੇ ਇਸੇ ਵੀਕ ਦੇ ਅੰਦਰ ਜਾਂ ਨੈਕਸਟ ਵੀਕ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਸੱਤਾ ਦਾ ਦੁਰਉਪਯੋਗ ਕਰਕੇ, ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ, ਏਜੰਸੀਆਂ ਨੂੰ ਆਪਣੇ ਹੱਥ ਚੁੱਕ ਕੇ ਬਣਾ ਕੇ, ED ਨੂੰ, CBI ਨੂੰ, ਉਹਨਾਂ ਦਾ ਦੁਰਉਪਯੋਗ ਕਰਕੇ ਇੱਕ ਝੂਠੇ ਕੇਸ ਦੇ ਅੰਦਰ, ਫਰਜ਼ੀ ਕੇਸ ਦੇ ਅੰਦਰ, ਇੱਕ ਜਾਲੀ ਕੇਸ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਦੀ ਅਰੈਸਟ ਪਾਉਣ ਦਾ ਯਤਨ ਕਰ ਰਹੀ ਆ। ਸੋ ਬਿਲਕੁਲ ਅਸੀਂ ਚਟਾਨ ਦੀ ਤਰ੍ਹਾਂ ਪਾਰਟੀ ਦੇ ਨਾਲ ਡਟ ਕੇ ਖੜ੍ਹੇ ਹਾਂ ਔਰ ਬਿਲਕੁਲ ਲੋਕਤੰਤਰ ਨੂੰ ਬਚਾਉਣ ਦੇ ਲਈ, ਭਾਰਤੀ ਲੋਕਤੰਤਰ ਨੂੰ ਬਚਾਉਣ ਦੇ ਲਈ ਹਰ ਕੁਰਬਾਨੀ ਕਰਾਂਗੇ। ਹਰ ਜਿਹੜੀ ਵੀ ਔਕੜ, ਜਿਹੜੀ ਵੀ ਮੁਸ਼ਕਲ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖੜ੍ਹੀ ਕਰੂਗੀ, ਉਹਦੇ ਖਿਲਾਫ਼ ਅਸੀਂ ਡਟ ਕੇ ਲੜਾਂਗੇ, ਕਿਉਂਕਿ ਸਾਡਾ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਜਿਹਨੇ ਦੇਸ਼ ਦੇ ਅੰਦਰ ਸੱਚੀ ਸੁੱਚੀ, ਦੇਸ਼ ਦੇ ਅੰਦਰ ਇਮਾਨਦਾਰ ਸਿਆਸਤ ਜਗਾਈ ਆ, ਦੇਸ਼ ਨੂੰ ਇਮਾਨਦਾਰੀ ਵੱਲ ਤੋਰਿਆ ਗਾ, ਔਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਆ ਜਿਹੜੀ ਕਿ ਭ੍ਰਿਸ਼ਟਾਚਾਰ 'ਚ ਲਿਬੜੀ ਹੋਈ ਪਾਰਟੀ ਆ, ਜਿਹੜੀ ਲਗਾਤਾਰ ਭ੍ਰਿਸ਼ਟਾਚਾਰ ਕਰ ਰਹੀ ਆ ਔਰ ਇਮਾਨਦਾਰ ਲੋਕਾਂ ਦੇ ਚਿੱਕੜ ਛੁੱਟਣ ਦਾ ਯਤਨ ਕਰਦੀ ਆ। ਇਮਾਨਦਾਰ ਜਿਸ ਵਿਅਕਤੀ ਨੇ ਦੇਸ਼ ਦੇ ਅੰਦਰ ਰਾਜਨੀਤੀ ਬਦਲੀ, ਰਾਜਨੀਤੀ ਦਿਸ਼ਾ ਅਤੇ ਦਸ਼ਾ ਬਦਲੀ ਕਿ ਅਸੀਂ ਦੇਸ਼ ਦੇ ਅੰਦਰ ਇਮਾਨਦਾਰੀ ਲੈ ਕੇ ਆਵਾਂਗੇ, ਅੱਜ ਉਸ ਨੇਤਾ ਨੂੰ ਫੜਨ ਦਾ ਯਤਨ ਕੀਤਾ ਜਾ ਰਿਹਾ। ਸੋ ਬਿਲਕੁਲ ਨਹੀਂ, ਆਮ ਆਦਮੀ ਪਾਰਟੀ ਜਿਹੜੀ ਆ ਇੰਡੀਆ ਅਲਾਇੰਸ ਦਾ ਜਿਹੜੀ ਸਾਡੀ ਸੀਟ ਸ਼ੇਅਰਿੰਗ ਚੱਲਦੀ ਆ, ਅਸੀਂ ਚੱਲਦੇ ਰਹਾਂਗੇ। ਬਿਲਕੁਲ ਵੀ ਜਿਹੜਾ ਹੈਗਾ ਅਸੀਂ ਇਹਦਾ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਔਰ ਇਸ ਨੂੰ ਕੰਡੈਮ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ED ਦਾ ਅਤੇ CBI ਨੂੰ ਜਿਹੜਾ ਦੁਰਉਪਯੋਗ ਕਰ ਰਹੀ ਆ ਔਰ ਜਿੰਨੇ ਵੀ ਆਪੋਜੀਸ਼ਨ ਦੇ ਨੇਤਾ ਨੇ ਇੱਕ ਇੱਕ ਨੂੰ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈਗਾ। ਸੋ ਅਸੀਂ ਇਹਦਾ ਬਿਲਕੁਲ ਇਹਨੂੰ ਕੰਡੈਮ ਕਰਦੇ ਹਾਂ, ਵਿਰੋਧ ਕਰਦੇ ਹਾਂ। ਮੈਂ ਹੁਣ ਸਾਡੇ ਮਿਨਿਸਟਰ ਸਾਹਿਬਾਨ ਅਨਮੋਲ ਜੀ ਨੂੰ ਕਹੂੰਗਾ ਕਿ ਉਹ ਵੀ ਤੁਹਾਡੇ ਨਾਲ ਗੱਲ ਕਰਨ। ਜੀ, ਸਾਡੇ ਮਾਣਯੋਗ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ, ਜਿਸ ਤਰੀਕੇ ਉਹਨਾਂ ਨੇ ਤੁਹਾਨੂੰ ਸਾਰੀ ਗੱਲਬਾਤ ਦੱਸੀ ਹੈ, ਮੀਡੀਆ ਦਾ ਧੰਨਵਾਦ ਕਰਦੇ ਹਾਂ ਪਹੁੰਚਣ ਲਈ। ਤੁਸੀਂ ਸਾਰੇ ਜਾਣਦੇ ਹੋ ਕਿ ਇੰਡੀਆ ਅਲਾਇੰਸ ਹੋਇਆ ਅਤੇ ਉਸ ਤੋਂ ਬਾਅਦ ਜਿਹੜੀ ਪਹਿਲੀ ਚੋਣ ਹੈ ਉਹ ਚੰਡੀਗੜ੍ਹ ਦੇ ਵਿੱਚ ਲੜੀ ਗਈ ਹੈ। ਚੰਡੀਗੜ੍ਹ 'ਚ ਜਿਹੜਾ ਟ੍ਰੇਲਰ ਆ ਉਹ ਦੇਖ ਚੁੱਕੀ ਹੈ ਭਾਜਪਾ, ਜਿੱਥੇ ਭਾਜਪਾ ਵਰਸਿਸ ਮੋਦੀ ਵਰਸਿਸ ਇੰਡੀਆ ਹੋ ਰਿਹਾ ਉੱਥੇ ਲੋਕ ਜਿਹੜਾ ਇੰਡੀਆ ਅਲਾਇੰਸ ਨੂੰ ਚੁਣ ਰਹੇ ਨੇ। ਸੋ ਇਸ ਗੱਲ ਤੋਂ ਜਿਹੜੀ ਭਾਜਪਾ ਪਾਰਟੀ ਹੈ ਇਹ ਘਬਰਾਈ ਹੈ ਕਿ ਅਤੇ ਜਿਹੜਾ ਇੱਥੇ ਲੋਕਤੰਤਰ ਦਾ ਘਾਣ ਤੁਸੀਂ ਚੰਡੀਗੜ੍ਹ ਦੀਆਂ ਚੋਣਾਂ 'ਚ ਦੇਖਿਆ ਉਹ ਲੋਕਾਂ ਸਾਹਮਣੇ ਜੱਗ ਜਾ ਰਿਹਾ ਕਿ ਇਹ ਕਿਸ ਹੱਦ ਤੱਕ ਇੱਕ UT ਦੇ ਵਿੱਚ ਆਪਣੇ ਆਪ ਨੂੰ ਜਿਤਾਉਣ ਦੇ ਲਈ ਕੀ ਕਰ ਸਕਦੇ ਆ। ਅਤੇ ਪਿਛਲੇ ਦਿਨੀ ਦੌਰਾਨ ਇਹ ਥੋੜ੍ਹੇ ਖੁਸ਼ ਸੀ ਕਿ ਸ਼ਾਇਦ ਇੰਡੀਆ ਅਲਾਇੰਸ ਆਮ ਆਦਮੀ ਪਾਰਟੀ ਨਾਲ ਕੋਈ ਜ਼ਿਆਦਾ ਅਲਾਇੰਸ ਜਿਹੜਾ ਸ਼ੀਟ ਸ਼ੇਅਰਿੰਗ ਦਾ ਕੰਮ ਜਿਹੜਾ ਇੰਨਾ ਨਹੀਂ ਹੋ ਰਿਹਾ, ਨਹੀਂ ਕਰਨਗੇ, ਇਹ ਠੀਕ ਸੀਗੇ। ਪਰ ਪਿਛਲੇ ਦਿਨੀ ਜਿਹੜੀਆਂ ਮੀਟਿੰਗਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਬਹੁਤ ਸਾਰੇ ਰਾਜਾਂ ਦੇ ਵਿੱਚ ਆਮ ਆਦਮੀ ਪਾਰਟੀ ਸ਼ੀਟ ਸ਼ੇਅਰਿੰਗ ਦੇ ਉੱਤੇ ਇਲੈਕਸ਼ਨ ਲੜ ਰਹੀ ਹੈ, ਤਾਂ ਇਹਨਾਂ ਨੂੰ ਬੜੀ ਘਬਰਾਹਟ ਹੋਈ ਭਾਜਪਾ ਨੂੰ, ਮੋਦੀ ਸਾਹਿਬ ਨੂੰ। ਸਾਡੇ ਦਿੱਲੀ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹਨਾਂ ਨੂੰ ਫੋਨ ਆ ਰਹੇ ਨੇ ਕਿ ਇੰਡੀਆ ਅਲਾਇੰਸ 'ਚੋਂ ਬਾਹਰ ਹੋ ਜਾਓ, ਅਸੀਂ ਅਰਵਿੰਦ ਕੇਜਰੀਵਾਲ ਜੀ ਉੱਪਰ ਜਿਹੜਾ ਕੇਸ ਹੈ ਉਹ ਨਹੀਂ ਬਣਾਵਾਂਗੇ। ਲਗਾਤਾਰ 1000 ਤੋਂ ਉੱਪਰ ਰੇਡ ਮਾਰੀ ਹੈ ਝੂਠੇ ਲੀਕਰ ਕੇਸ ਦੇ ਵਿੱਚ, ਜਿਹਦੇ 'ਚ ਇਹਨਾਂ ਨੂੰ ਥਿਆਨੀ ਨਹੀਂ ਮਿਲੀ, ਕੱਖ ਨਹੀਂ ਮਿਲਿਆ।
ਸਿਰਫ ਮਨੀਸ਼ ਸਿਸੋਦੀਆ ਵਰਗੇ ਰੈਵੋਲੂਸ਼ਨਰੀ ਪੋਲੀਟੀਸ਼ੀਅਨ ਨੂੰ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ 'ਚ ਪੂਰੀ ਦੁਨੀਆ 'ਚ ਨਾਮ ਬਣਾਇਆ, ਜੇਲ੍ਹ 'ਚ ਪਾਇਆ ਇੱਕ ਝੂਠੇ ਕੇਸ 'ਚ ਜਿਹਦੇ 'ਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ, ਕੋਈ ਸਬੂਤ ਨਹੀਂ, ਸਿਰਫ ਇਸ ਲਈ ਕਿ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਕਰਨੇ ਨੇ, ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਸੰਦ ਕਰ ਰਹੇ ਨੇ। ਅਤੇ ਇਹਨਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿ ਜਿੱਥੇ ਜਿੱਥੇ ਸੀਟਾਂ ਦੀ ਸ਼ੇਅਰਿੰਗ ਹੁੰਦੀ ਹੈ ਅਰਵਿੰਦ ਕੇਜਰੀਵਾਲ ਜੀ ਜਾ ਕੇ ਪ੍ਰਚਾਰ ਕਰਦੇ ਨੇ, ਉੱਥੇ ਭਾਜਪਾ ਨੂੰ ਵੋਟ ਨਹੀਂ ਪੈਣੀ। ਜਿੱਥੇ ਵੀ ਅਰਵਿੰਦ ਕੇਜਰੀਵਾਲ ਜੀ ਜਾਣਗੇ, ਚੋਣਾਂ ਦਾ ਪ੍ਰਚਾਰ ਕਰਨਗੇ, ਭਾਜਪਾ ਦੀ ਵੋਟ ਉੱਥੇ ਖਤਮ ਹੁੰਦੀ ਹੈ। ਅਤੇ ਇਹਨਾਂ ਵੱਲੋਂ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਅਸੀਂ ਗ੍ਰਿਫਤਾਰ ਨਹੀਂ ਕਰਾਂਗੇ, ਹੁਣ CBI ਭੇਜਣ ਦੀ ਤਿਆਰੀ ਹੈ, ED ਵਾਲਾ ਜਿਹੜਾ ਕਿਤੇ ਨਾ ਕਿਤੇ ਕੋਰਟ ਨੇ ਉੱਥੇ ਅਟਕਾਇਆ ਹੋਇਆ ਕੰਮ, ਕਿ ਅਸੀਂ ਸਿੱਧੇ ਫੋਨ ਆ ਰਹੇ ਨੇ ਕਿ ਨਹੀਂ ਅਸੀਂ ਆਉਣ ਵਾਲੇ 1-2 ਦਿਨਾਂ 'ਚ ਗ੍ਰਿਫਤਾਰੀ ਦੀ ਤਿਆਰੀ 'ਚ ਹਾਂ, ਜੇ ਤੁਸੀਂ ਇੰਡੀਆ ਅਲਾਇੰਸ 'ਚੋਂ ਬਾਹਰ ਹੁੰਦੇ ਹੋ ਤਾਂ ਅਸੀਂ ਜਿਹੜੀ ਗ੍ਰਿਫਤਾਰੀ ਨਹੀਂ ਕਰਾਂਗੇ, ਕੇਸ ਵਾਪਸ ਕਰ ਲਵਾਂਗੇ। ਸੋ ਇਹ ਜਿਹੜਾ ਗਿੱਦੜ ਧਮਕੀਆਂ ਤੁਸੀਂ ਅਰਵਿੰਦ ਕੇਜਰੀਵਾਲ ਜੀ ਵਰਗੇ ਇਮਾਨਦਾਰ ਲੀਡਰ ਨੂੰ ਦੇ ਰਹੇ ਹੋ, ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ, ਨਾ ਡਰੇ ਸੀ ਨਾ ਡਰਨਗੇ। ਲੋਕਾਂ ਦੀ ਬਣਾਈ ਹੋਈ ਸਰਕਾਰ ਹੈ, ਆਮ ਆਦਮੀ ਪਾਰਟੀ ਹੈ, ਹਮੇਸ਼ਾ ਡਟ ਕੇ ਖੜ੍ਹੇ ਹਾਂ। ਨਾ ਅਸੀਂ ਕਿਸੇ ਏਜੰਸੀ ਤੋਂ ਡਰਦੇ ਹਾਂ, ਨਾ ਅਸੀਂ ਮੋਦੀ ਸਰਕਾਰ ਤੋਂ ਡਰਦੇ ਹਾਂ, ਡਟ ਕੇ ਖੜ੍ਹੇ ਹਾਂ। ਅਤੇ ਤੁਸੀਂ ਜਿੰਨਾ ਮਰਜ਼ੀ ਧਮਕਾ ਲਓ, ਆਮ ਆਦਮੀ ਪਾਰਟੀ ਇੰਡੀਆ ਅਲਾਇੰਸ ਦੇ ਨਾਲ ਬਹੁਤ ਸਾਰੇ ਰਾਜਾਂ ਵਿੱਚ ਸੀਟਾਂ ਸ਼ੇਅਰ ਕਰਕੇ ਚੋਣ ਲੜੇਗੀ। ਅਤੇ ਜਿਸ ਤਰੀਕੇ ਤੁਸੀਂ ਚੰਡੀਗੜ੍ਹ ਦੇ ਵਿੱਚ ਟ੍ਰੇਲਰ ਦੇਖ ਕੇ ਡਰੇ ਹੋ, ਇਹ ਤਾਂ ਹਾਲੇ ਇੱਕ ਟ੍ਰੇਲਰ ਸੀ, ਅੱਗੇ ਲੋਕ ਜਿੱਥੇ ਵੀ ਭਾਜਪਾ ਵਰਸਸ ਇੰਡੀਆ ਹੁੰਦਾ ਲੋਕ ਇੰਡੀਆ ਨੂੰ ਚੁਣਨਗੇ। ਲੋਕ ਮਾੜੀਆਂ ਸਰਕਾਰਾਂ ਤੋਂ ਅੱਕੇ ਹੋਏ ਨੇ, ਤਾਨਾਸ਼ਾਹ ਤੋਂ ਗੁੰਡਾਗਰਦੀ ਤੋਂ ਅੱਕੇ ਹੋਏ ਨੇ। ਟਾਈਮ ਆ ਗਿਆ ਪੂਰੇ ਦੇਸ਼ ਲਈ ਕਿ ਇੱਕ ਚੰਗੀ ਸਰਕਾਰ, ਲੋਕਾਂ ਦੀ ਸਰਕਾਰ ਜਿਹੜੀ ਡਿਵੈਲਪਮੈਂਟ ਦੇ ਮੁੱਦੇ ਉੱਤੇ ਕੰਮ ਕਰੇ, ਉਹਨਾਂ ਨੂੰ ਚੁਣਿਆ ਜਾਵੇ। ਅਤੇ ਜਿਸ ਤਰੀਕੇ ਇਹ ਧਮਕਾ ਰਹੇ ਨੇ, ਬਹੁਤ ਨਿੰਦਣਯੋਗ ਹੈ, ਬਹੁਤ ਜ਼ਿਆਦਾ ਲੋਕਤੰਤਰ ਦੇ ਵਿੱਚ ਇੱਕ ਸ਼ਰਮਨਾਕ ਗੱਲ ਹੈ ਕਿ ਤੁਸੀਂ ਕਿਸੇ ਪੋਲੀਟੀਸ਼ੀਅਨ ਨੂੰ ਇਸ ਤਰੀਕੇ, ਜਿਹੜਾ ਗ੍ਰਿਫਤਾਰੀਆਂ ਇਮਾਨਦਾਰ ਲੀਡਰਾਂ ਦੀਆਂ, ED ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਕਰ ਰਹੇ ਹੋ, ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਅਤੇ ਅਸੀਂ ਇਹ ਕਲੀਅਰ ਕੱਟ ਕਰ ਦੇਣਾ ਚਾਹੁੰਦੇ ਹਾਂ ਕਿ ਅਰਵਿੰਦ ਕੇਜਰੀਵਾਲ ਜੀ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ, ਉਹ ਡਟ ਕੇ ਇਹਨਾਂ ਨੂੰ ਡਰ ਇਹੀ ਹੈ ਵੀ ਗ੍ਰਿਫਤਾਰ ਕਰੋ, ਕਿਉਂਕਿ ਜਿੱਥੇ ਵੀ ਜਾ ਕੇ ਉਹਨਾਂ ਨੇ ਪ੍ਰਚਾਰ ਕਰਨਾ, ਭਾਜਪਾ ਦੀ ਵੋਟ ਖਤਮ ਹੋਣੀ ਹੈ। ਅਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਇੰਡੀਆ ਅਲਾਇੰਸ ਦੇਸ਼ ਵਿੱਚ ਸਰਕਾਰ ਬਣਾਊਗਾ ਜੀ।